ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਗਤ ਸਾਥੀਓ ਜਿਹੜਾ ਪਿਛਲੇ ਦਿਨੀ ਇੱਕ ਅਖੌਤੀ ਜਿਹੜੇ ਸਤਿਕਾਰ ਕਮੇਟੀ ਵਾਲਿਆਂ ਵੱਲੋਂ ਮਕੇਰੀਆਂ ਦੇ ਕੋਲ ਪਿੰਡ ਪੰਡੋਰੀ ਦੇ ਵਿੱਚ ਜਗਤਗੁਰੂ ਸਤਿਗੁਰੂ ਅਰਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਜਿਹੜੇ ਸਤਿਗੁਰੂ ਅਰਦਾਸ ਮਹਾਰਾਜ ਜਿਹੜੇ ਤਸਵੀਰਾਂ ਸੀ ਜਿਹੜੇ ਉਹਨਾਂ ਦੇ ਸਰੂਪ ਸੀ ਗੁਰੂ ਨਾਨਕ ਦੇਵ ਜੀ ਦੇ ਅਤੇ ਹੋਰ ਵੀ ਮਹਾਂਪੁਰਸ਼ਾਂ ਦੇ ਜਿਹੜੇ ਉੱਥੇ ਸਰੂਪ ਸੀਗੇ ਉਹਨਾਂ ਨੂੰ ਜਿਹੜੀ ਅਖੌਤੀ ਸਤਿਕਾਰ ਕਮੇਟੀ ਵੱਲੋਂ ਝਾੜੂਆਂ ਦੇ ਨਾਲ ਜਿਹੜਾ ਉੱਪਰੋਂ ਲਾਇਆ ਗਿਆ ਜਿਹਦੀ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਸੀ। ਸੋ ਅੱਜ ਜਿਹੜੀ ਅੰਬੇਡਕਰ ਸੈਨਾ ਪੰਜਾਬ ਹੁਸ਼ਿਆਰਪੁਰ ਦੀ ਜਿਹੜੀ ਸਮੁੱਚੀ ਟੀਮ ਮਕੇਰੀਆਂ ਥਾਣੇ ਦੇ ਵਿੱਚ ਪਹੁੰਚੀ ਸੀ ਜਿੱਥੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਚੇਤਾਵਨੀ ਦਿੱਤੀ ਸੀ ਵੀ ਜੇਕਰ ਇਹ ਅਖੌਤੀ ਜਿਹੜੇ ਅਖੌਤੀ ਸਤਿਕਾਰ ਕਮੇਟੀ ਵਾਲੇ ਆ ਜੇਕਰ ਇਹਨਾਂ ਦੇ ਤੁਸੀਂ ਜਲਦ ਜਿਹੜਾ ਪਰਚਾ ਦਰਜ ਨਾ ਕੀਤਾ ਫਿਰ ਅਸੀਂ ਨਹੀਂ ਤਾਂ ਫਿਰ ਪਠਾਨਕੋਟ ਰੋਡ ਜਿਹੜਾ ਬੰਦ ਕਰਾਂਗੇ। ਸੋ ਪ੍ਰਸ਼ਾਸਨ ਨੇ ਸਾਨੂੰ ਇਸ ਚੀਜ਼ ਦਾ ਭਰੋਸਾ ਦਵਾਇਆ ਸੀਗਾ ਵੀ ਜਿਹੜੇ ਉਹ ਸ਼ਰਾਰਤੀ ਅਨਸਰ ਹੈਗੇ ਇਹਨਾਂ 'ਤੇ ਜਿਹੜਾ ਜਲਦ ਜਿਹੜਾ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਜਾਵੇਗਾ। ਸੋ ਇਸ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ 'ਤੇ ਪਰਚਾ ਦਰਜ ਹੋ ਗਿਆ ਆ ਔਰ ਜਿਹੜੀ ਅਸੀਂ ਇਹ ਸਾਡੇ ਸਾਰੇ ਸਾਥੀ ਪਹੁੰਚੇ ਸੀਗੇ ਨੰਬਰਦਾਰ ਬਲਵਿੰਦਰ ਬੰਗਾ ਜੀ ਜਿਹੜੇ ਚੇਅਰਮੈਨ ਸਾਡੇ ਅੰਬੇਡਕਰ ਸੈਨਾ ਦੇ ਕੁਲਵਿੰਦਰ ਬੈਂਸ ਜੀ ਜਿਹੜੇ ਜਨਰਲ ਸਕੱਤਰ ਨੇ ਦੀਪਕ ਯਾਦਵ ਜਿਹੜੇ ਬਾਸੀਆਂ ਦੇ ਪ੍ਰਧਾਨ ਨੇ ਸਾਡੇ ਉੱਧਰ ਵਿੰਦਰ ਭਾਅ ਜੀ ਸਾਡੇ ਹੋਰ ਵੀ ਜਿਹੜੇ ਸਾਥੀ ਜਿਹੜੀ ਆਦਮਪੁਰ ਦੀ ਟੀਮ ਸੁੱਚੀਪੁਰ ਦੀ ਟੀਮ ਔਰ ਰਾਮਾ ਮੰਡੀ ਦੀ ਟੀਮ ਸਾਰੇ ਸਾਥੀ ਪਹੁੰਚੇ ਸੀਗੇ। ਸੋ ਇਸ ਕਰਕੇ ਪਰਚਾ ਦਰਜ ਹੋਣ ਤੋਂ ਬਾਅਦ ਸੋ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਰਹਿਬਰਾਂ ਦਾ ਜਿਹੜਾ ਇਹ ਬਦਵੀ ਜਿਹੜੀ ਉਹਨਾਂ ਦੀ ਜਿਹੜੀ ਹੋ ਰਹੀ ਅਸੀਂ ਇਹਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇਕਰ ਕਿਸੇ ਸ਼ਰਾਰਤੀ ਅਨਸਰਾਂ ਨੇ ਇੱਦਾਂ ਦੀ ਸ਼ਰਾਰਤ ਕੀਤੀ ਤਾਂ ਉਹਨਾਂ ਦਾ ਜਿਹੜਾ ਮੂੰਹ ਤੋੜ ਜਵਾਬ ਦੇਵਾਂਗੇ। ਔਰ ਅੱਜ ਦੀ ਅਸੀਂ ਇੱਕ ਮੀਟਿੰਗ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਅਹਿਮ ਫੈਸਲਾ ਲਿਆ ਕਿ ਇੱਕ ਪੰਜਾਬ ਦੇ ਅੰਦਰ ਅਸੀਂ ਇੱਕ ਇੱਦਾਂ ਦਾ ਸੰਗਠਨ ਜਿਹੜਾ ਤਿਆਰ ਕਰਾਂਗੇ ਜਿਹੜੇ ਸਾਡੇ ਗੁਰੂਆਂ ਦੀਆਂ ਸਾਡੇ ਰਹਿਬਰਾਂ ਦੀਆਂ ਜਿਹੜੀਆਂ ਇੱਦਾਂ ਦੀਆਂ ਬੇਅਦਬੀਆਂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਛੱਤਰ ਫੇਰਾਂਗੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕਾਨੂੰਨੀ ਕਾਰਵਾਈ ਕਰਾਵਾਂਗੇ। ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਤਿਕਾਰਯੋਗ ਸਾਥੀਓ ਸਤਿਕਾਰਯੋਗ ਸਾਥੀਓ ਜਿਹੜਾ ਪੰਡੋਰੀ ਨਵੀਨ ਪਿੰਡ ਦੀ ਜਿਹੜੀ ਘਟਨਾ ਸੀ ਉਹਦੇ ਸੰਬੰਧ ਦੇ ਵਿੱਚ ਜਿਹੜੇ ਉਹ ਦੋਸ਼ੀ ਹੈਗੇ 3 ਦੋਸ਼ੀ ਉਹਨਾਂ ਦੇ ਵਿੱਚੋਂ ਜਿਹੜੇ 2 ਦੋਸ਼ੀ ਹੈਗੇ ਉਹ ਗ੍ਰਿਫਤਾਰ ਕਰ ਲਏ ਹੈਗੇ ਆ ਮੁਕੇਰੀਆਂ ਪੁਲਿਸ ਨੇ ਔਰ ਉਹਨਾਂ ਦੇ ਬਾਬਤ ਜਿਹੜੀ FIR ਹੋਈ ਆ ਉਹ FIR ਅਸੀਂ ਇੱਥੋਂ ਥਾਣੇ ਤੋਂ ਪ੍ਰਾਪਤ ਕਰ ਲਈ ਆ। ਇੱਕ ਜਿਹੜਾ ਦੋਸ਼ੀ ਭਗੌੜਾ ਆ ਜੀ ਉਹਨੂੰ ਵੀ ਜਿਹੜਾ 1 ਘੰਟੇ ਦੇ ਵਿੱਚ ਜਿਹੜਾ ਫੜਨ ਦਾ ਪੁਲਿਸ ਨੇ ਆਸ਼ਵਾਸਨ ਦਿੱਤਾ ਆ ਅਤੇ ਮੈਂ ਸਾਰੇ ਸਮਾਜ ਦਾ ਸਾਰੀਆਂ ਸੰਸਥਾਵਾਂ ਦਾ ਸਾਰੇ ਸਤਿਕਾਰਯੋਗ ਸਾਥੀਆਂ ਦਾ ਜਿਹੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਜਿਹੜੀ FIR ਲਾਂਚ ਹੋਈ ਹੈ ਜੀ। ਜੈ ਭੀਮ ਜੈ ਭਾਰਤ।